ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਜੱਟਾਂ ਦੇ ਵੱਖ-ਵੱਖ ਕਬੀਲਿਆਂ ਤੇ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੇ ਆਂ ਔਰ ਸਦੀਆਂ ਤੋਂ ਜਿਹੜੇ ਪਏ ਹੋਏ ਭਲੇਖੇ ਨੇ ਉਹਨਾਂ ਨੂੰ ਸੋਧਣ ਦੀ ਸੇਧਣ ਦੀ ਕੋਸ਼ਿਸ਼ ਕਰਨੇ ਆਂ ਅੱਜ ਤੁਹਾਡੇ ਨਾਲ ਅਸੀਂ ਇੱਕ ਐਸੇ ਕਬੀਲੇ ਬਾਰੇ ਗੱਲ ਕਰਾਂਗੇ ਜੋ ਸਦੀਆਂ ਪੁਰਾਣਾ ਕਬੀਲਾ ਹੈ ਬੀਸੀ ਦੇ ਦੌਰ ਦਾ ਕਬੀਲਾ ਹੈ ਜਿਨ੍ਹਾਂ ਦਾ ਨਾਂ ਜਿਨ੍ਹਾਂ ਦੇ ਨਾਂ ਕਬੀਲੇ ਦੇ ਕਈ ਨਾਂ ਨੇ ਜਿਸਨਾਂ ਉਸ ਕਬੀਲੇ ਨੂੰ ਕਾਂਗ ਵੀ ਆਖਿਆ ਜਾਂਦਾ ਕਾਂਗ ਵੀ ਆਖਿਆ ਜਾਂਦਾ ਕਾਵਾ ਵੀ ਆਖਿਆ ਜਾਂਦਾ ਤੇ ਕੌਮ ਵੀ ਆਖਿਆ ਜਾਂਦਾ ਤੋ ਇੱਕ ਕਬੀਲਾ ਜਿਹੜਾ ਨਾ ਜੀ ਇਹ ਬਹੁਤ ਪੁਰਾਣਾ ਕਬੀਲਾ ਹੈ ਔਰ ਪੂਰੀ ਜਿਹੜਾ ਹੈ ਇਹ ਸੇ ਹਿੰਦਸਤਾਨ ਪਾਕਿਸਤਾਨ ਸਿੰਧ بلوچستان ਇਹਨਾਂ ਸਾਰਿਆਂ ਇਲਾਕਿਆਂ ਵਿੱਚ ਵਸਿਆ ਹੋਇਆ ਹੈ ਅੱਗੇ ਜਾ ਕੇ ਅਸੀਂ ਇਹਦਾ ਪੂਰਾ ਬੇਰਵਾ ਕਰਾਂਗੇ ਇਦੇ ਬਾਰੇ ਗਲੈਸਰੀ ਆਫ ਟ్రਾਈਬਸ ਐਂਡ ਕਾਸਟਸ ਜਿਹੜੀ ਹੈ ਈਡੀ ਮੈਕਲੇਗਨ ਤੇ ਐਚੀ ਰੂਜ਼ ਨੇ ਲਿਖੀ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜੱਟਾਂ ਦਾ ਇੱਕ ਤਗੜਾ ਕਬੀਲਾ ਹੈ ਜਿਹੜਾ ਖਾਸ ਕਰਕੇ ਬਿਆਸ ਤੇ ਸਤਲੁਜ ਵਿਚਕਾਰ ਤਕੋਨੀ ਸ਼ਕਲ ਵਿੱਚ ਵਸਿਆ ਹੋਇਆ ਹੈ ਪਰ ਸਤਲੁਜ ਪਾਰ ਕਰਕੇ ਅੰਬਾਲਾ ਤੇ ਫਰੂਜ਼ਪੁਰ ਵਿੱਚ ਵੀ ਕੰਗ ਕਾਂਗ ਜਾਂ ਕਾਵਾਂ ਕਬੀਲੇ ਦੇ ਜੱਟ ਜਿਹੜੇ ਨੇ ਢੇਰ ਗਿਣਤੀ ਵਿੱਚ ਮਿਲਦੇ ਨੇ ਅਤੇ ਸਿੰਧ ਦਰਿਆ ਦੇ ਨਾਲ-ਨਾਲ ਵੀ ਵਸਦੇ ਨੇ ਇਸ ਕਬੀਲੇ ਬਾਰੇ ਇੱਕ ਰਵਾਇਤ ਹੈ ਪਈ ਉਹ ਗੜ ਗਜ਼ਨੀ ਤੋਂ ਇਨ੍ਹਾਂ ਇਲਾਕਿਆਂ ਵਿੱਚ ਆਣ बसे ਸਨ ਪਰ ਅੰਮ੍ਰਿਤਸਰ ਦੇ ਕਾਂਗ ਜਾਂ ਕਾਂਗ ਕਬੀਲੇ ਦੱਸਦੇ ਨੇ ਪਈ ਪਹਿਲਾਂ ਉਹ ਦਿੱਲੀ ਦੇ ਨੇੜੇ ਖੈਰਪੁਰ ਵਿੱਚ ਆਣ ਕੇ ਬਸੇ ਸਨ ਸਿੱਖ ਰਾਜ ਦੇ ਮੁੱਢਲੇ ਦਿਨਾਂ ਵਿੱਚ ਉਹਨਾਂ ਇਸ ਇਲਾਕੇ ਵਿੱਚ ਆਪਣਾ ਅਸਰ ਸੂਖ ਬਣਾ ਲਿਆ ਜਲੰਧਰ ਦੇ ਕਾਂਗ ਜੱਟ ਜਾਂ ਕਾਂਗ ਜੱਟਾਂ ਬਾਰੇ ਮਿਸਟਰ ਬਾਰਕਲੇ ਆਖਦੇ ਨੇ ਪਈ ਤਹਿਸੀਲ ਨਕੋਦਰ ਦੇ ਚੋਖੇ ਸਿੱਖ ਸਰਦਾਰ ਜਾਂ ਤਾਂ ਇਸ ਕਬੀਲੇ ਵਿੱਚੋਂ ਨੇ ਜਾਂ ਮوڑ ਵਿਆਹ ਕਰਾ ਕੇ ਆਪਣੇ ਰਾਜ ਸਮੇ ਉਹ ਕਾਂਗ ਬਣ ਗਏ ਸਨ ਇਹ ਬੜੀ ਜੀਬੋ ਗਰੀਬ ਗੱਲ ਹੈ ਇਹਦਾ ਨਤਾਰਾ ਵੀ ਅੱਗੇ ਕਰਾਂਗੇ ਕਿ ਉਹ ਵਿਆਹ ਕਰਾ ਕੇ ਕਿਵੇਂ ਜਾਤ ਉਹਨਾਂ ਦੀ ਬਦਲ ਗਈ ਰਾਜ ਗੱਦੀ ਤੇ ਬੈਠਣ ਮਗਰੋਂ ਇਹਨਾਂ ਦਾ ਆਗੂ ਜਿਹੜਾ ਤਾਰਾ ਸਿੰਘ ਆਪੋਂ ਵੀ ਇਸ نسل ਦਾ ਕੰਗ ਜੱਟ ਸੀ ਅਤੇ ਸਤਲੁਜ ਦਰਿਆ ਦੇ ਕੰਢੇ ਤੇ ਵਸਦਾ ਸੀ ਦੱਸਿਆ ਜਾਂਦਾ ਹੈ ਵੀ ਉੱਥੇ ਇੱਕੋ ਵੇਲੇ 18 ਸਰਦਾਰ ਵਸਦੇ ਸਨ ਅਤੇ ਉਸ ਪਿੰਡ ਦੇ ਦਰਿਆ ਬੁਰਦ ਹੋਣ ਪਰੋਂ ਵੱਖਰੀਆਂ ਵੱਖਰੀਆਂ ਮਾਲਕੀਆਂ ਵਿੱਚ ਇਹ ਸਾਰੇ ਲੋਕ ਖਿਲਰ ਪੁੱਲਰ ਗਏ ਇਹ ਵੀ ਦੱਸਿਆ ਜਾਂਦਾ ਹੈ ਪੈ ਇਹਨਾਂ ਦਾ ਵਡਕਾ ਕੰਗ ਜਿਹੜਾ ਉਹਦਾ ਪਿਓ ਜੋਗਰਾ ਸੀ ਜੋ ਅਯੁੱਧਿਆ ਦਾ ਸੂਰਜ ਬੰਦ ਸੀ ਰਾਜਪੂਤਾਂ ਵਿੱਚੋਂ ਹੋਣ ਦਾ ਦਾਅਵੇਦਾਰ ਸੀ ਬੇਕੋਨਾ ਜੀ ਇਹ ਤਮਾਸ਼ਾ ਅਗੇ ਸੂਰਜ ਬੰਸੀ ਜੱਟ ਨੇ ਔਰ ਉਹਨੂੰ ਆਖਣਾ ਅਗੇ ਇਹਨਾਂ ਨੇ ਜਿਹੜੇ ਅੰਗਰੇਜ਼ ਖੋਜਕਾਰ ਨੇ ਇਹ ਉਸ ਖੋਜਤਾ ਦੀ ਤਹਿ ਤੱਕ ਨਹੀਂ ਅਪੜੇ ਇਹਦੇ ਬਾਰੇ ਚ ਵੀ ਅੱਗੇ ਚੱਲ ਕੇ ਅਸੀਂ ਤੁਹਾਨੂੰ ਵੇਰਵਾ ਕਰਕੇ ਦੱਸਾਂਗੇ ਬੀਐਸ ਦਈਆ ਆਪਣੀ ਕਿਤਾਬ ਜੱਟ ਕਦੀਮ ਹੁਕਮਰਾਨ ਵਿੱਚ ਇਸ ਕਬੀਲੇ ਨੂੰ ਕਾਂਗ ਲਿਖਦਾ ਪਰ ਜਿਸਨਾ ਅਸੀਂ ਦੱਸਿਆ ਵੀ ਇਸ ਕਬੀਲੇ ਦੇ ਵੀ ਤਿੰਨ ਚਾਰ ਨਾਂ ਨੇ ਆਹ ਦਾਈਆ ਹੋਰੀ ਇਸ ਕਬੀਲੇ ਨੂੰ ਜੱਟਾਂ ਦਾ ਇੱਕ ਅਤਿ ਪ੍ਰਾਣਾ ਕਬੀਲਾ ਆਖਦੇ ਨੇ ਅਤੇ ਆਖਦੇ ਨੇ ਵੀ ਇਸ ਕਬੀਲੇ ਦਾ ਨਾਮ ਸਾਨੂੰ 7ਵੀਂ ਸਦੀ ਬੀਸੀ ਦੇ ਮੁੱਢ ਵਿੱਚ ਮਿਲਦਾ ਹੈ ਅਤੇ ਚੀਨੀ ਇਸ ਕਬੀਲੇ ਨੂੰ ਕਾਂਗ ਨਾਉ ਆਖਦੇ ਨੇ ਆਰ ਆਰ ਸ਼ੰਕਰ ਮਤਿਆਣੀਆਂ ਆਖਦਾ ਹੈ ਕਿ ਕਾਂਗ ਮਸਾਘੀਟੇ ਮਸਾਘੀਟੇ ਦਾ ਮਤਲਬ ਹੁੰਦਾ ਹੈ ਮਹਾਨ ਜੱਟ ਦੀ ਇੱਕ ਸ਼ਾਖ ਹੈ ਉਹਨੇ ਲਫ਼ਜ਼ ਮਸਾਘੀਟੇ ਨੂੰ ਲਫ਼ਜ਼ ਮਸਾਗਾ ਵਿੱਚੋਂ ਕੱਢਿਆ ਅਤੇ ਇਸ ਲਫਜ਼ ਨੂੰ ਮਹਾਸਾ ਮਹਾਸਾਕਾ ਤੋਂ ਲਿਆ ਹੈ ਰਾਮਾਇਣ ਵਿੱਚ ਮਾਹੀਸਾਕਾ ਦਾ ਜ਼ਿਕਰ ਰਿਸ਼ੀਕਾ ਦੇ ਨਾਲ ਕੀਤਾ ਗਿਆ ਪਾਣੀਨੀ ਨੇ ਤਬਸਰਾ ਕਰਦਿਆਂ ਕਾਸੀਕਾ ਪਾਣੀਨੀ ਤਬਸਰਾ ਕਰਦਿਆਂ ਜਿਹੜਾ ਇਹਨੂੰ ਕਾਸੀਕਾ ਆਖਦਾ ਹੈ ਅਰਸ਼ੀਲਾ ਰਸੀਕਾ ਤੂਤੇ ਮਾਹੀਸਾਕਾ ਮਾਹੀਸ਼ੀਕੀ ਸ਼ੀਕਲਾ ਤੋਂ ਇਹ ਸਾਰੇ ਲਫਜ਼ ਜਿਹੜੇ ਨੇ ਅੱਗੋਂ ਇਹਦੇ ਚੋਂ ਨਿਕਲੇ ਇਸ ਤੋਂ ਵੀ ਮਸਾਖੀਟੇ ਯਾਨੀ ਅਜ਼ੀਮ ਜੱਟ ਦਾ ਤਲਕ ਸਾਕਾ ਨਾਲ ਸਾਬਤ ਹੁੰਦਾ ਹੈ। ਆਰ ਸਿੰਗਰ ਦੀ ਯਾਤਿਆ ਆਖਦਾ ਕਿ ਵਿਚਾਰ ਲਈ ਏਸ਼ੀਆ ਵਿੱਚ ਇਹ ਜਿਹੜਾ ਨਹਿਰੀ ਨਿظام ਦੇ ਮੋਢੀ ਕਾਂਗ ਜੱਟ ਹੰਜੀ ਦੇ ਵੜਕੇ ਯਾਨੀ ਮਸਾਖੀਟੇ ਸਨ ਤੇ ਵਿਚਾਰ ਲਈ ਏਸ਼ੀਆ ਵਿੱਚ ਕੱਡੀਆਂ ਜਾਣ ਵਾਲੀਆਂ ਇਹ ਨਹਿਰਾਂ ਇਸ ਵੇਲੇ ਰੂਸੀ ਹਕੂਮਤ ਉਹਨਾਂ ਨੂੰ ਪਰਤਕੇ ਖਟਣ ਲੱਗੀ ਹੈ ਅਤੇ ਪੁਰਾਣੇ ਵੇਲੇ ਵਿੱਚ ਬਣਾਈਆਂ ਗਈਆਂ ਇਹ ਨਹਿਰਾਂ ਅੱਜ ਵੀ ਠੀਕ ਠਾਕ ਨੇ ਪਰ ਨੇੜੇ ਵਾਲੇ ਰੇਤਲੇ ਇਲਾਕੇ ਵਿੱਚੋਂ ਰੇਤ ਜਿਹੜੀ ਏ ਉਹ ਡੁੱਡ ਕੇ ਉਹਨਾਂ 'ਚ ਪੈ ਗਈ ਏ ਤੇ ਉਸ ਨਾਲੋਂ ਨਹਿਰਾਂ ਜਿਹੜੀਆਂ ਨੇ ਪ੍ਰਭੂਤ ਹੋ ਚੁੱਕੀਆਂ ਨੇ ਕਾਂਗ ਕਬੀਲੇ ਦੇ ਕਈਆਂ ਸ਼ਹਿਰਾਂ ਨੂੰ ਹੁਣ ਵੀ ਜ਼ਮੀਨ ਵਿੱਚੋਂ ਖੋਦਿਆ ਜਾ ਰਿਹਾ ਹੈ ਯਾਨੀ ਇਹ ਐਡਾ ਪੁਰਾਣਾ ਕਬੀਲਾ ਕਾਵਾਂ ਔਰ ਕਾਂਗ ਜਾਂ ਕੰਗ ਕਿ ਇਹਨੂੰ ਰੇਤ ਵਿੱਚੋਂ ਖੋਦਿਆ ਜਾ ਰਿਹਾ ਹੈ ਹਾਂ ਤੂੰ ਪਰਕ ਕਾਲਾ ਵਿੱਚੋਂ ਸਿੱਕੇ ਮਜਸਮੇ ਤੇ ਇਥੋਂ ਤੀਕਰ ਪੀ ਕਾਂਗ ਜੱਟਾਂ ਦੀ ਉਸ ਵੇਲੇ ਦੀ ਜ਼ਬਾਨ ਦੀਆਂ ਤਖਤੀਆਂ ਵੀ ਲਬੀਆਂ ਨੇ ਇਸ ਸਬੂਤ ਇਸ ਗੱਲ ਨੂੰ ਰੱਦ ਕਰ ਦਿੰਦਾ ਜਿਹਦੇ ਵਿੱਚ ਲੋਕ ਆਖਦੇ ਨੇ ਕਿ ਵਿਚਕਾਰਲੇ ਏਸ਼ੀਆ ਵਿੱਚ ਜੱਟ ਜਿਹੜੇ ਨੇ ਜਾਬਸੇ ਜੱਟ ਕਬੀਲੇ ਬੜੇ ਅਖੜ ਸਨ ਤੇ ਪੱਕੀ ਵਸਾਂ ਦਾ ਜੀਨ ਹੰਡਾਉਂਦੇ ਸਨ ਇਹ ਜਿਹੜੀਆਂ ਗਵਾਹੀਆਂ ਨੇ ਉਹਨਾਂ ਦੀਆਂ ਤਖਤੀਆਂ ਉਹਨਾਂ ਦੇ ਸਿਵਲਾਈਜ਼ਡ ਹੋਣ ਦਾ ਸਬੂਤ ਹੈ ਤੇ ਇਹ ਆ ਜਿਹੜੀ ਗੱਲ ਦਸੀਏ ਇਹਨੂੰ ਰੱਦ ਕਰ ਦਿਆਂ ਨੇ ਸ਼ਹਿਰ ਜ਼ਬਾਨ ਸਿੱਕੇ ਮੁਜਸਮੇ ਨੈਰਾ 7ਵੀਂ ਸਦੀ ਬੀਸੀ ਵਿੱਚ ਇੱਕ ਸੁਚੱਜੀ ਆਬਾਦੀ ਹੋਣ ਦਾ ਸਬੂਤ ਦਿੰਦੀਆਂ ਨੇ ਕਿਉਂਕਿ ਉਸ ਵੇਲੇ ਤੇ ਇਹ ਚੀਜ਼ਾਂ ਦਾ ਮਤਲਬ ਇਹ ਕੋਈ ਸੋਚ ਵੀ ਨਹੀਂ ਸੀ ਸਕਦਾ ਇਹ ਤਾਂ ਸਾਰੇ ਜਾਣਦੇ ਨੇ ਵੀ ਜੱਟਾਂ ਦੇ ਦੋ ਹੀ ਸ਼ੁਗਲ ਹੁੰਦੇ ਸਨ ਇੱਕ ਲੜਨਾ ਪਿਰਨਾ ਤੇ ਦੂਜਾ ਵਾਈ ਜੋਤੀ ਕਰਨ ਤੇ ਡੰਗਰਾ ਡੰਗਰ ਬੱਚਾ ਪਾਲਣ ਇਸ ਕੰਮ ਲਈ ਉਹਨਾਂ ਪੌੜੀਆਂ ਵਾਲੇ ਖੂਹ ਅਤੇ ਗਾਦੀ ਵਾਲੇ ਖੂਹ ਬਣਾਏ ਦੋ ਕਿਸਮ ਦੇ ਖੂਹ ਹੁੰਦੇ ਨੇ ਇੱਕ ਉਹ ਖੂਹ ਸਨ ਜਿਹੜੇ ਵਿੱਚ ਪੌੜੀਆਂ ਥੱਲੇ ਉਤਰਦੀਆਂ ਸਨ ਜਿਨ੍ਹਾਂ ਜਿਹਦੇ ਬਾਰੇ ਚ ਉਹਨੂੰ ਬੌਲੀ ਵੀ ਆਖਿਆ ਜਾਂਦਾ ਸੀ ਤੇ ਦੂਜੇ ਖੂਹ ਖੂਹ ਉਹ ਸਨ ਜਿਨ੍ਹਾਂ ਦੇ ਉੱਤੇ ਮਤਲਬ ਇਹ ਡੰਗਰ ਜੋ ਕੇ ਤੇ ਪਾਣੀ ਪੈਲੀਆਂ ਨੂੰ ਲਾਇਆ ਜਾਂਦਾ ਸੀ ਜਿਨ੍ਹਾਂ ਦਾ ਜ਼ਿਕਰ ਇਹਨਾਂ ਦਾ ਇਹਨਾਂ ਖੂਹਾਂ ਦਾ ਜ਼ਿਕਰ ਅਗਰਵਾਲਾ ਨੇ ਵੀ ਕੀਤਾ ਹੈ ਡੰਗਰ ਚਾਰਨ ਲਈ ਲੰਮੀਆਂ ਚੌੜੀਆਂ ਚਰਾਂਜਾਂ ਚਰਾਂਦਾਂ ਦੀ ਜਿਹੜੀ ਲੋੜ ਹੁੰਦੀ ਏ ਇਹ ਆਦਤ ਅੱਜ ਵੀ ਜੱਟਾਂ ਵਿੱਚ ਵੇਖਣ ਚਾਹੁੰਦੀ ਏ ਭਈ ਔੜ ਲੱਗੀ ਵੇਖ ਕੇ ਜੱਟ ਡੰਗਰਾਂ ਦੇ ਵੱਗਾਂ ਦੇ ਵੱਗ ਜੋਧਪੁਰ ਤੇ ਜੈਸਲਮੀਰ ਵੱਲੋਂ ਹਰ ਸਾਲ ਯੂਪੀ ਤੇ ਹਰਿਆਣਾ ਅਤੇ ਪੰਜਾਬ ਵਿੱਚ ਚਾਰਨ ਲਈ ਲੈ ਜਾਂਦੇ ਨੇ ਇੰਜ ਹੀ ਲੈਂਦੇ ਪੰਜਾਬ ਵਿੱਚ ਵੀ ਮਤਲਬ ਸਾਡੇ ਕੋਲ ਅੱਜ ਵੀ ਜੱਟ ਜਿਹੜੇ ਨੇ ਉਹ ਇੰਜ ਕਰਦੇ ਨੇ ਕਿ ਜਦੋਂ ਕਿ ਤੇ ਸ਼ੌਣ ਪੱਦਰੋਂ ਦੀ ਮਰਤੇ ਇੱਧਰ ਪੱਠਾ ਸਾਡੇ ਘੱਟ ਹੁੰਦਾ ਤੇ ਉਹ ਦੂਜੇ ਪਾਸੇ ਲੈ ਜਾਂਦੇ ਨੇ ਜਟ ਕਬੀਲਿਆਂ ਵਿੱਚ ਚੋਖੀ ਵੱਸੋਂ ਭਾਵੇਂ ਪੱਕੇ ਪੀੜੇ ਟਿਕਾਣੇ ਬਣਾ ਕੇ ਰਹਿੰਦੀ ਸੀ ਪਰ ਇਹਨਾਂ ਵਿੱਚੋਂ ਚੋਖੇ ਆਪਣੇ ਕੋੜਿਆਂ ਤੇ ਬਹਿ ਕੇ ਆਪਣੇ ਮਾਲ ਡੰਗਰ ਦੇ ਅੱਗੇ ਪਿੱਛੇ ਰਹਿੰਦੇ ਸਨ ਮੱਧਿਆ এਸ਼ੀਆ ਦੇ ਮੁਤਾਬਕ ਮਸਾਗੀਤੇ ਯਾਨੀ عظیم ਜੱਟਾਂ ਨੇ ਜਿਹੜੀਆਂ ਨਹਿਰਾਂ ਬڑے ਤਰਾਨ ਨਾਲ ਖਟੀਆਂ ਸਨ ਉਹ 5ਵੀਂ ਸਦੀ ਈਸਵੀ ਜਾਂ ਉਸ ਮਗਰੋਂ ਰੇਤ ਨਾਲ ਨਕੋ ਨਕ ਹੋ ਗਈਆਂ ਸਨ ਈਰਾਨ ਦੇ ਅਖਾਮਨੀ ਰਾਜ ਤੋਂ ਪਹਿਲਾਂ ਬਣਾਈਆਂ ਗਈਆਂ ਸਨ ਤੇ ਕਾਂਗ ਨੂੰ ਸਾਇਰਸ ਆਜ਼ਮ ਵੀ ਨਹੀਂ ਸੀ ਹਰਾ ਸਕਿਆ ਯਾਨੀ ਇਹ ਇਹਨਾਂ ਦੀ ਹਕੂਮਤ ਕਾਂਗ ਦੀ ਜਾਂ ਕਾਵੇਂ ਦੀ ਆ ਕਾਂ ਜੱਟ ਦੀ ਏਡੀ ਤਗੜੀ ਸੀ ਕਿ ਉਹ ਵੀ ਨਹੀਂ ਸੀ ਹਰਾ ਸਕਿਆ ਇਹ ਨਹਿਰਾਂ ਹੁਣ ਵੀ ਕਜ਼ਲਕਨ ਦੇ ਸਹਾਰਾ ਠਾਂ ਦਬੀਆਂ ਗਈਆਂ ਨੇ ਇਹੋ ਲਿਖਾਰੀ ਆਖਦਾ ਹੈ ਕਿ ਯੂਚੀ ਜਿਹੜੇ ਨੇ ਉਹ ਜ਼ਬਾਨ ਪਰੋਂ ਸਾਕਾ ਸਨ ਨਾਲੇ ਵੋਸਨ ਸਾਹੂ ਅੰਗ ਕਾਂਗ ਅਤੇ 파ਰਥੀ ਪਹਿਲਵੀ ਸਾਕਾ ਜ਼ਬਾਨਾਂ ਦੀਆਂ ਹੀ ਬੋਲੀਆਂ ਸਨ ਇਸ ਲਈ ਚੀਨੀ ਸਿਲਾਨੀ ਚੰਗ ਕਿਆਨ ਲਿਖਦਾ ਹੈ ਕਿ ਫਰਗਾਨਾ ਤੋਂ ਪਾਰਥੀ ਅਤੇਕਰ ਇੱਕ ਹੀ ਬੋਲੀ ਬੋਲੀ ਜਾਂਦੀ ਸੀ 파ਰਥੀ ਸਾਕਾ ਦਾ ਇੱਕ ਕਬੀਲਾ ਸੀ ਜਿਨੇ ਕਾਂਗ ਅਤੇ ਹੋਰ ਕਬੀਲਿਆਂ ਦੀ ਮਦਦ ਨਾਲ ਬਹਿਰਾ ਕੈਪਸੀਅਨ ਤੀਕਾ ਆਪਣੇ ਰਾਜ ਨੂੰ ਪਸਾਰ ਲਿਆ ਹੋਇਆ ਸੀ ਇਸ 파ਰਥੀ ਰਾਜ ਦੇ ਜ਼ਮਾਨੇ ਵਿੱਚ ਚੋਕੇ ਸਾਰੇ ਸਾਕਾ ਕਬੀਲੇ ਯੂਜੀ ਦੇ ਇਲਾਕਿਆਂ ਨੂੰ ਤੋਂ ਆਣ ਕੇ ਚੜ੍ਹਦੇ ਇਰਾਨ ਵਿੱਚ ਵੱਸ ਗਏ ਸਨ ਤੇ ਉਹਨਾਂ ਦੇ ਨਾਂ ਪਰੋਂ ਇਸ ਇਲਾਕੇ ਨੂੰ ਸਾਕਾ ਅਸਤਾਨ ਆਖਿਆ ਜਾਣ ਲੱਗ ਪਿਆ ਯਾਨੀ ਜੱਟਾਂ ਦੀ ਜ਼ਮੀਨ ਜੋ ਅੱਜ ਦਾ ਸੀਸਤਾਨ ਹੈ ਇਹੋ ਹੀ ਕਾਰਨ ਨੇ ਕਿ ਸਾਕਾ ਅਤੇ 파ਰਥੀ ਜੋ ਹਿੰਦ ਸਿੰਧ ਦੇ ਅੰਦਰ ਤੇ ਬਾਹਰ ਇੱਕ ਦੂਜੇ ਨਾਲ ਸੰਢਿਆ ਵਾਂਗੂ ਫਿਰਦੇ ਰਹਿੰਦੇ ਸਨ ਤੇ ਲੜਦੇ ਰਹਿੰਦੇ ਸਨ ਪੋਰ ਅਮਨ ਚੀਨ ਵਿੱਚ ਉਹ ਇੱਕ ਦੂਜੇ ਨਾਲ ਸਕਿਆਂ ਭਰਾਵਾਂ ਵਾਂਗ ਯਾਨੀ ਵਰਤਾਰਾ ਕਰਦੇ ਰਹੇ ਇਸ ਵੀ ਸੰਦ ਦੇ ਮੁੱਢ ਵਿੱਚ ਉਹਨਾਂ ਹਿੰਦ ਸਿੰਧ ਨੂੰ عظیم ਜੱਟ ਖਾਨਦਾਨ ਦਿੱਤੇ ਜਿਨ੍ਹਾਂ ਵਿੱਚ ਸਹਰਾਵਤ ਕਿਸ਼ਵਾਨ ਧਾਰਨ ਵਗੈਰਾ ਸਨ ਅਤੇ ਉਹਨਾਂ ਇੱਥੇ ਹੀ ਬਸ ਨਹੀਂ ਕੀਤੀ ਸਗੋ ਚੀਨ ਦੇ ਵੀ ਘਟੋ ਘਟ ਤਿੰਨ ਮਸ਼ਹੂਰ ਹਾਕਮ ਖਾਨਦਾਨ ਜੱਟ ਸਨ ਸਾਰੀ ਦੁਨੀਆ ਜਾਣਦੀ ਏ ਪਈ ਚੋਖੀਆਂ ਚੀਨੀ ਜ਼ਨਾਨੀਆਂ ਉਹਨਾਂ ਨਾਲ ਇਹਨਾਂ ਜੱਟਾਂ ਨਾਲ ਵਿਆਹ ਕੀਤੇ ਅਤੇ ਇਹ ਕੰਮ ਜਿਹੜਾ ਸਦੀਆਂ ਤਿੱਕਰ ਚੱਲਦਾ ਰਿਹਾ ਇੰਜ ਮੋਂਗੋਲੀ ਖੂਨ ਦੇ ਰਦੇ ਨਾਲ ਇਹਨਾਂ ਜੱਟਾਂ ਦੇ ਨੈਣ ਨਕਸ਼ੇ ਕੋ ਸ਼ਹਾਦਤੀ ਕਰ ਮੋਂਗੋਲਾਂ ਦੇ ਨਾਲ ਮੇਲ ਖਾਂਣ ਲੱਗ ਪਏ ਸੰਸਕ੍ਰਿਤ ਅਦਵਿਚ ਕਾਂਗ ਜੱਟਾਂ ਨੂੰ ਕਣਕਾ ਦੇ ਨਾਮ ਨਾਲ ਵੀ ਯਾਦ ਕੀਤਾ ਗਿਆ ਹੈ ਵਿਸ਼ਨੂੰ ਪ੍ਰਾਨ ਅਤੇ ਬ੍ਰਹਮਾਂਡਾ ਅਖਣ ਮੁਤਾਬਕ ਕਾਂਗ ਜੱਟ ਦੱਖਣੀ ਮਹਾਰਾਸ਼ਟਰ ਅਤੇ ਭੋਜ ਦੇ ਇਲਾਕੇ ਵਿੱਚ ਹਾਕਮ ਸਨ ਫਲੀਟ ਦੇ ਆਖਣ ਮੁਤਾਬਕ ਇਹ ਲੋਕ ਹైదరాబాద్ ਅਤੇ ਮੂਸਾ ਦਰਿਆ ਦੇ ਨੇੜੇ ਦੱਖਣ ਵਿੱਚ ਰਾਜ ਕਰਦੇ ਰਹੇ ਇਬਨ ਯਸ਼ਤ ਵਿੱਚ ਕਾਂਗ ਜੱਟਾਂ ਦਾ ਜ਼ਿਕਰ ਮੌਜੂਦ ਹੈ ਪਈ ਉੱਚੇ ਮਰਤਬੇ ਵਾਲੇ ਪਾਕ ਪਵਿੱਤਰ ਕਾਂਗ ਦੇ ਉੱਚੇ ਕਿਲੇ ਕਿ ਸਤਰੂ ਵਸਾਕ ਵਸਾਬ ਕਾ ਦੇ ਬੂਏ ਤੇ ਬਹਾਦਰ ਹੰਸ ਜੋ ਵੀਸੀ ਆਕਾ ਦਾ ਪੁੱਤਰ ਸੀ ਨੇ ਦੇਵੀ ਅਰੂਦੀ ਸੌਰ ਨੂੰ ਤੋਂ ਦੁਆ ਮੰਗੀ ਫਰਦੋਸੀ ਦੱਸਦਾ ਹੈ ਕਿ ਕਾਂਗ ਜੱਟਾਂ ਦਾ ਕਿਲਾ ਕਾਂਗ ਵੇਜ਼ ਚੀਨ ਤੋਂ 1 ਮਹੀਨੇ ਦੀ ਜਿਹੜਾ ਕਾਂਗਵੇਜ਼ ਉਹਦਾ ਨਾਂ ਹੈ ਕਿਲੇ ਦਾ ਤੇ ਚੀਨ ਤੋਂ 1 ਮਹੀਨੇ ਦੀ ਮਸਾਫਤ ਉੱਤੇ ਪੈਂਦਾ ਹੈ ਉੱਥੇ ਕਾਂਗ ਜੱਟਾਂ ਦਾ ਕਾਂਗ ਜੱਟਾਂ ਦਾ ਕਾਵਿਆਂ ਜੱਟਾਂ ਦਾ ਜਾਂ ਕੰਗ ਜੱਟਾਂ ਦਾ ਤੁਸੀਂ ਇੱਕ ਹੀ ਇੱਕ ਹੀ ਨਾਂ ਹੈ ਕੋਈ ਜਾਤ ਹੈ ਇਹਨਾਂ ਦਾ ਇੱਕ ਹੀ 라ਸੀ ਮੋਦੀ ਵੀ ਇੱਕ ਮਤਲਬ 56 ਅਰੀ ਜੱਟ ਦਾ ਜ਼ਿਕਰ ਕਰਦਾ ਹੈ ਜੋ ਖੋਰੇ ਮੰਡ ਰਾਜ ਦੇ ਅਰੀ ਜ਼ਤਵੇ ਤੋਂ ਚੇਤੇ ਕਰਾਂਦਾ ਹੈ ਸਾਖ ਦੀਆਂ ਨਾਂ ਦਾ ਚੀਨੀ ਨਾਂ ਕਾਂਗ ਇਸ ਲਈ ਇਹ ਪਿਕਾਂਗ ਨੋ ਹਾਕਮ ਸਾਹ ਹੁਣ ਅਸੀਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨੇ ਆ ਜੋ ਇਸ ਕਬੀਲੇ ਬਾਰੇ ਸਾਡੇ ਨਾਲ ਮੀਰਪੁਰ ਮਥੇਲਾ ਵਸਦੇ ਸਾਡੇ ਮਿੱਤਰ ਆਰੀਆ ਡਾਕਟਰ ਲਾਲ ਬਖਸ਼ ਮੱਲੀ ਨਾਇਕ ਜੱਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਅੱਜ ਅਸੀਂ ਇਹ ਸ਼ਿਜਰਾ ਸੂਰਜ ਮੁਖੀ ਤੋਂ ਤੋੜਨੇ ਆ ਸੂਰਜ ਮੁਖੀ ਦਾ ਪੁੱਤਰ ਹੋਇਆ ਰਾਜਾ ਕਿਰਨ ਉਹਦਾ ਅਗੋ ਪੁੱਤਰ ਚੰਦਰ ਸਿੰਘ ਉਹਦਾ ਪੁੱਤਰ ਗਵਾ ਸਿੰਘ ਅਗੋ ਉਹਦਾ ਪੁੱਤਰ ਕਵਾਸੀਨ ਉਹਦਾ ਪੁੱਤਰ ਅਗੋ ਦੂਦੇਸ਼ੀ ਰੂ ਤੇ ਦੂਦੇਸ਼ੀ ਦਾ ਪੁੱਤਰ ਹੋਇਆ ਰੂਦੇਸ਼ੀ ਰੂਦੇਸ਼ੀ ਦਾ ਪੁੱਤਰ ਬਾਲਸਰ ਬਾਲਦਾਰ ਰਾਜ ਹੋਇਆ ਬਾਲਦਾਰ ਰਾਜ ਦਾ ਪੁੱਤਰ ਤਲਮੀਰ ਤੇ ਤਲਮੀਰ ਦਾ ਪੁੱਤਰ ਹੋਇਆ ਹਮਸਾ ਰਾਜ ਹਮਸਾ ਰਾਜ ਦਾ ਪੁੱਤਰ ਮਹਿੰਦਰ ਰਾਜ ਮਹਿੰਦਰ ਰਾਜ ਦਾ ਪੁੱਤਰ ਹਸ਼ਮਤ ਰਾਜ ਹਸ਼ਮਤ ਰਾਜ ਦਾ ਪੁੱਤਰ ਪੂਰਾ ਰਾਜ ਪੂਰਾ ਰਾਜ ਦਾ ਪੁੱਤਰ ਸਲਾਮੂ ਰਾਜ ਤੇ ਪੂਰਾ ਰਾਜ ਦਾ ਪੁੱਤਰ ਸਲਾਮੂ ਰਾਜ ਸਲਾਮੂ ਰਾਜ ਦਾ ਪੁੱਤਰ ਨਿਰਮਲ ਰਾਜ ਨਿਰਮਲ ਰਾਜ ਦਾ ਪੁੱਤਰ ਹਮਸਾ ਰਾਜ ਹਮਸਾ ਰਾਜ ਦਾ ਪੁੱਤਰ ਮੂਲ ਰਾਜ ਮੂਲ ਰਾਜ ਦਾ ਗੋ ਚਾਤਰਕ ਚਾਲਕ ਰਾਜ ਹੋਇਆ ਚਾਲਕ ਰਾਜ ਦਾ ਸੋਤਰਕ ਸ਼ਾਸਤਰਿਕ ਜਾਂ ਜਿਹਨੂੰ ਸਰਕਾ ਪਾਖਦੇ ਨੇ ਜਿਹਨੇ ਟੈਕਸਲੇ ਵਾਲੀ ਯੂਨੀਵਰਸਿਟੀ ਬਣਾਈ ਸੀ ਤੇ ਉਸ ਦਾ ਪੁੱਤਰ ਗੋਸਰੋਇਆ ਰਾਜ ਹੋਇਆ ਸਰੋਇਆ ਰਾਜ ਦਾ ਪੁੱਤਰ ਸੀ ਮਾਲਰਾਜ ਜਿਹਨੂੰ ਮੱਲੀ ਵੀ ਆਖਦੇ ਨੇ ਉਹਦੇ ਪੁੱਤਰ ਹੋਏ ਨੇ ਪੁੱਟਾ ਡਾਰ ਨਾਇਚ ਸ਼ਜਰਾ ਤੇ ਲੰਗਾ ਪੰਜ ਪੁੱਤਰ ਹੋਏ ਨੇ ਅਗੋਂ ਨੈਚ ਦੀਆਂ ਤਿੰਨ ਸੁਆਣੀਆਂ ਤੇ 11 ਪੁੱਤਰ ਹੋਏ ਬੂੜ ਕਬੀਲਿਆਂੋਂ ਆਉਣ ਵਾਲੀ ਕੁੰਦਨ ਬਾਈ ਵਿੱਚੋਂ ਚਾਰ ਪੁੱਤਰ ਹੋਏ ਬੁੱੱਚਾ ਸੁਹਾਵਣ ਨੌਲ ਤੇ ਤੂਰ ਮੁੜ ਕੇ ਉੰਨੜ ਕਬੀਲਿਆਂ ਆਈ ਉਹਦੀ ਬੀਬੀ ਵਿੱਚੋਂ ਚਾਰ ਪੁੱਤਰ ਬੱচ্চਾ ਸੁਹਾਵੜ ਸੁਹਾਵਾ ਤੇ ਪਨੇਜ ਹੋਏ ਅੱਗੋਂ ਛਛਰ ਕਬੀਲਿਆਂ ਆਈ ਤਿੱਜੀ ਜਿਹੜੀ ਤ੍ਰਿਮੰਤ ਸੀ ਸਰਸਵਤੀ ਉਹਦੇ ਵਿੱਚੋਂ ਡਾਹਾ ਨੱਟ ਡਾਹਾ ਨੱਚ ਵਰਛਾ ਤੇ ਇੱਕ ਮਾਂ ਜੋ ਜੰਮਣ ਵਾਲਿਆਂ ਨੂੰ ਸਮਾਤਰੀ ਭਰਾ ਆਖਿਆ ਜਾਂਦਾ ਸੀ ਅੱਗੋਂ ਨਾਇਚ ਦੇ ਪੁੱਤਰ ਸੁਹਾਵਣ ਜਿਹਦਾ ਨਾਂ ਦੂਸਰਾ ਜੋਗਰਾ ਵੀ ਸੀ ਉਹਦੇ ਵਿੱਚੋਂ ਹੋਏ ਮੱਲਣ ਜਿਹਦਾ ਮਲਿਹਾਨੀ ਕਬੀਲਾ ਸਿੰਧ ਵਿੱਚ ਬਹੁਤ ਤਗੜਾ ਕਬੀਲਾ ਹੈ ਡੰਡਣ ਜਿਹਦਾ ਡੰਡਾਣੀ ਕਬੀਲਾ ਬਹੁਤ بڑا ਸਿੰਧ ਦੇ ਵਿੱਚ ਵੱਸਦਾ ਚੰਚਣ ਚੰਜਣ ਇਹ ਵੀ ਉਹਦਾ ਕਬੀਲਾ ਚੋਟ ਸਾਗਤ ਇਹ ਗਿਲਗਤ ਜਿਹਨੂੰ ਜਿਹਦੇ ਬਾਰੇ ਦੱਸਿਆ ਜਾਂਦਾ ਹੈ ਕਿ ਗਿੱਲਾਂ ਤੇ ਗਤ ਕਬੀਲ ਸਾਗਤ ਕਬੀਲੇ ਨੇ ਗਤ ਕਬੀਲੇ ਨੇ ਰਲ ਕੇ ਗਲਗਿੱਤ ਬਣਾਇਆ ਸੀ ਗੰਗਲ ਹਾਰਾ ਮਾਲ ਓਡਰਾਨ ਰੈਡ ਵੀ ਨੂੰ ਕਾਂ ਕਾਮੀਏ ਦਾ ਪੁੱਤਰ ਸੀ ਕਾਵਾ ਦਿਨੋ ਕਾਵਾ ਵੀ ਆਖਿਆ ਜਾਂਦਾ ਕਾਂਗਾ ਵੀ ਆਖਿਆ ਜਾਂਦਾ ਕੰਗ ਵੀ ਆਖਿਆ ਜਾਂਦਾ ਕਾਂਗ ਵੀ ਆਖਿਆ ਜਾਂਦਾ ਤੇ ਕਾਂਗਿਆ ਵੀ ਆਖਿਆ ਜਾਂਦਾ ਇਹ ਕਬੀਲਾ ਸਿੰਧ بلوچستان ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਹਨਾਂ ਕਿਸੇ ਨਾ ਕਿਸੇ ਨਾਮ ਨਾਲ ਜੁੜਿਆ ਹੋਇਆ ਜਿਹੜੇ ਮੈਂ ਦੱਸੀ ਨੇ ਅਗੋਂ ਕਾਂ ਦੇ ਘਰ ਪੁੱਤਰ ਹੋਏ ਸਨ ਹੰਸ ਵੀਰ ਹਾਂਗ ਜਿੰਨਾ ਹਾਂਕਾਂਗ ਵਸਾਇਆ ਸੀ ਗੇਬਾ ਹੇ ਲੀਮਾ ਸੂਗਲ ਸਿੰਦਲ ਕਾਮੋਰ ਕਾਂਦੜਾ ਕਿੰਦੂ ਤੇ ਕੰਨਾ ਅਗੋ ਕੰਨਾ ਦੇ ਪੁੱਤਰ ਹੋਏ ਕੰਦਰਾ ਕੰਧਾਨ ਕਨਾਸਰਾ ਮੰਦਰਾਣਾ ਗੁਣੀਆਂ ਗੰਗਾ ਤੇ ਗੀਗਾ ਅਗੋ ਗੰਗਾ ਦੇ ਹੋਏ ਗੋਰਦਨ ਪਾਜਲ ਗੋਗਾ ਗੋਰਮਲ ਗੋਜ ਤੇ ਕਾਲਾ ਅੱਗੋਂ ਗੀਗਾ ਦੇ ਪੁੱਤਰ ਹੋਏ ਗੱਗ ਗਿਰਧਾਰੀ ਜ਼ਾਮ ਗੱਗਰ ਗੱਗਰਿਆਲ ਲੱਗਾ ਤੇ ਗੀਲਾ ਸੁਹਾਵਣ ਪੁੱਤਰ ਸਾਗਤ ਦੀ ਨਸਲੋਂ ਪੁੱਤ ਹੋਏ ਬੁੱਢਾ ਬੜਨ ਪਰਮਾਰਾ ਰੋਮਾ ਗੱਤੀ ਹੱਟੀ ਮਾਰੂਤ ਮਦਾਨ ਮੰਦ ਅੱਧ ਵਾਣ ਜਿਹੜਾ ਵਾਣਾ ਨਾਇਕ ਸਰਗੋਦਾ ਮੀਆਂਵਾਲੀ ਵਜ਼ੀਰਸਤਾਨ ਤੇ ਕਸ਼ਮੀਰ ਵਿੱਚ ਬਹੁਤ بڑا ਕਬੀਲਾ ਵਸਦਾ ਹੈ ਵਾਣੀ ਵੀ ਸਦਾਂਦੇ ਨੇ ਅੱਗੋਂ ਇਹ ਸਾਰਾ ਖਾਨਦਾਨ ਜਿਹੜਾ ਬਹਾਵਲਪੁਰ ਅਲੀਪੁਰ ਲਈਆ ਪਖਰ ਈਰਾਨ ਦੇ ਕੁਝ ਸਿਆ ਵਿੱਚ ਵੀ ਵਸਦਾ ਹੈ ਇਹਨਾਂ ਵਿੱਚੋਂ ਵਾਣ ਦੀ ਔਲਾਦ ਹੋਈ ਲਿਪੀ ਲੱਪੀ ਪਰਸ ਸਾਮਰ ਤਰਵਾਸ ਓਪੀਆ ਗਮਰ ਜੱਟ ਜੱਦਟ ਨਾਇਰਾ ਜੋਧਾ ਸ਼ਾਕਾ ਸੰਗਾ ਲੱਦਾ ਨਰਗਟ ਇਹਨਾਂ ਮਾਲਟਾ ਤੇ ਲੀਮਾ ਵਗੈਰਾ ਦੇ ਇਲਾਕੇ ਵਸਾਏ ਇਹਨਾਂ ਨੂੰ ਲੜਕਾਣਾ ਵਿੱਚ ਕਾਨ ਕੇ بلوچستان ਵਿੱਚ ਕਾਂਗਿਆ ਤੇ ਕਾਂਗਾ ਕਿਹਾ ਜਾਂਦਾ ਹੈ ਈਰਾਨ ਵਿੱਚ ਇਹਨਾਂ ਨੂੰ ਕਾਂਗਿਆ ਆਖਿਆ ਜਾਂਦਾ ਹੈ ਸਿਆਲਕੋਟ ਵੱਲ ਇਹਨਾਂ ਨੂੰ ਕਾਵੇਂ ਜੱਟ ਜਾਂ ਕਾਵੇਂ ਮੱਲੀ ਵੀ ਆਖਿਆ ਜਾਂਦਾ ਹੈ ਇਹਨੀ ਮੱਲੀ ਦੀ ਔਲਾਦ ਵਿੱਚੋਂ ਕਾਂ ਦੇ ਪੁੱਤਰ ਪਸਰੂਰ ਤੈਨੂੰ ਪਸਰੂਰ ਤਹਿਸੀਲ ਜ਼ਿਲ੍ਹਾ ਸਿਆਲਕੋਟ ਵਿੱਚ ਤਿੰਨ ਪਿੰਡ ਘਟਿਆ ਲੀਆਂ ਕਾਂਵੇਂ ਕਬੀਲੇ ਦੇ ਜੱਟਾਂ ਦੇ ਨੇ ਇੰਜੀ ਤਲਵੰਡੀ ਪਿੰਡਾਂ ਦੇਰੇ ਪਿੰਡ ਕਾਂਗ ਕੰਗ ਪੱਟੀ ਵਿੱਚ ਵੀ ਕਾਂਗ ਕਬੀਲੇ ਅੰਦਰ ਇੱਕ ਖੜਕ ਸਿੰਘ ਬਹੁਤ بڑا ਨਾਮੀ ਗ੍ਰਾਮੀ ਅੰਗਰੇਜ਼ਾਂ ਦੇ ਬਾਰੇ ਪਹਿਲਵਾਨ ਹੋਇਆ ਜਿਨੇ ਪੂਰੀ ਦੁਨੀਆ ਨੂੰ ਚੈਲੰਜ ਕੀਤਾ ਹੋਇਆ ਸੀ ਕੋਲ ਕੋਡੀ ਵੱਲੋਂ ਕੋਲ ਵੱਲੋਂ ਉਹ ਦਾ ਦੱਸਦੇ ਨੇ 7.5 ਮਾਣ ਵਜ਼ਨ ਸੀ ਔਰ ਅੰਗਰੇਜ਼ਾਂ ਨੇ ਜਦੋਂ ਸੁਣਿਆ ਤੇ ਉਹਨਾਂ ਆਪਣਾ ਜਿਹੜਾ ਬਰਤਾਨੀਆ ਦਾ ਪਹਿਲਵਾਨ ਆਂਦਾ ਔਰ ਉਹ ਪਹਿਲਵਾਨ ਨੇ ਪਸਰੂਰ ਵਿੱਚ ਮੁਕਾਬਲਾ ਹੋਣਾ ਸੀ ਜਦੋਂ ਇਹ ਖੜਕੂ ਜਿਹੜਾ ਸੀ ਇਹ ਸਾਫਾ ਬੰਨ ਕੇ ਬਾਹਰ ਨਿਕਲਿਆ ਤੇ ਉਹ ਸਭ ਇਹਨੂੰ ਖੜਕੂ ਨੂੰ ਵੇਖਦੇ ਆ ਸਾਰੀ ਉਹ ਜਿਹੜਾ ਅੰਗਰੇਜ਼ ਪਹਿਲਵਾਨ ਸੀ ਉਹਨੇ ਇਹਦੀ ਬਾਹ ਹੁਤਾ ਕਰਕੇ ਤੈਨੂੰ ਆਖਿਆ ਯੂ ਆਰ ਦਾ ਵਿਨਰ ਕਿ ਤੂੰ ਮੇਰੇ ਤੋਂ ਜਿੱਤ ਗਿਆ ਔਰ ਇਹ ਜਿੱਥੇ ਮੁਕਾਬਲਾ ਨਾ ਹੋਇਆ ਕਾਂ ਲਫਜ਼ ਨੂੰ ਦੁਨੀਆ ਵਿੱਚ ਦਨਾਈ ਵਾਲਾ ਪਖੂ ਮੰਨਿਆ ਗਿਆ ਹਜ਼ਰਤ ਆਦਮ علیہ السلام ਦੇ ਪੁੱਤਰ ਕਾਬਿਲ ਨੇ ਜਦੋਂ ਆਪਣੇ ਭਰਾ ਹਬੀਲ ਨੂੰ ਕਤਲ ਕਰ ਲਿਆ ਤਾਂ ਕਾਂ ਨੇ ਉਹਨੂੰ ਭਰਾ ਦੇ ਦਫ਼ਨ ਕਰਨ ਲਈ ਮਤਲਬੇ ਮਤ ਦਿੱਤੀ ਸੀ ਇਸ لحاظ ਨਾਲ ਮੈਂ ਸਮਝੀਨਾ ਕਿ ਕਾਂ ਜਿਹੜਾ ਉਹ ਇਨਸਾਨ ਦਾ ਉਸਤਾਦ ਵੀ ਹੈ ਇਹਦਾ ਮਤਲਬ ਹੈ ਕਿ ਇਨਸਾਨ ਨੂੰ ਵੀ ਕਾਂ ਨੇ ਅਕਲ ਸਿਖਾਈ ਤੇ ਸ਼ੌਅਰ ਦਿੱਤਾ ਸੀ ਪੁਰਾਣੇ ਜ਼ਮਾਨੇ ਅੰਦਰ ਕਾਂ ਪੱਖੂ ਦੀ ਰਾਣ ਮਾਈ ਵਿੱਚ ਬਹਿਰੀ ਜਾਜ਼ਾਂ ਨੂੰ ਟੋਰਿਆ ਜਾਂਦਾ ਆਂਦਾ ਸੀ ਕਾਂ ਕਾਵਾਂ ਕੰਗ ਤੇ ਕਾਂਗ ਏਕੀ ਕਬੀਲੇ ਦੇ ਵੱਖ-ਵੱਖ ਨਾਂ ਨੇ ਕਾਂ ਜਿਹੜਾ ਸਾਡੇ ਘਰਾਂ ਦੇ ਅੰਦਰ ਜਿਹੜੇ ਸਾਡੇ ਲੋਕ ਕਿੱਸਿਆਂ ਦੇ ਵਿੱਚ ਲੋਕ ਗਾਇਕੀ ਦੇ ਵਿੱਚ ਇੱਕ ਬੜਾ ਇੱਜ਼ਤਵਾਨ ਪੱਖੂ ਸਮਝਿਆ ਜਾਂਦਾ ਹੈ ਜਿੰਨੂੰ ਜਿਹਦੇ ਹੱਥ ਲੋਕੀ ਸਨੇਹਵਾ ਦੇ ਕੇ ਕਲਦੇ ਸਨ ਜਿਹੜਾ ਅੱਜ ਵੀ ਸਾਡੇ ਲੋਕ ਗੀਤਾਂ ਦੇ ਵਿੱਚ ਤੇ ਗੀਤਾਂ ਦੇ ਵਿੱਚ ਮਤਲਬ ਇਹ ਕਈਆਂ ਦੇ ਅੰਦਰ ਮੌਜੂਦ ਹੈ ਤੇ ਤਿਆਂ ਪੈਣਾ ਵੀ ਜਦੋਂ ਆਟਾ ਗੁੰਨਦਿਆਂ ਤੇ ਉਹਨੇ ਆਟਾ ਥੋੜਾ ਜਿਹਾ ਕਾਂ ਨੂੰ ਪਾਣਾ ਤੇ ਬਨੇਰੇ ਬੈਠੇ ਕਾਂ ਨੇ ਆਖਣਾ ਕਿ ਉਹਨੂੰ ਆਖਣਾ ਕਿ ਜਾ ਹਾਂ ਉਡਕਾਵਾਂ ਮੇਰਾ ਭਰਾ ਹੁੰਦਾ ਤੋ ਇਹ ਸਾਰੀਆਂ ਗੱਲਾਂ ਤੋਂ ਇਸ ਹਵਾਲੇ ਨਾਲ ਦੂਜਾ ਇਹ ਵੀ ਕਿ ਕਾਂ ਦੀ ਜ਼ਿੰਦਗੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਇਹ ਹਜ਼ਾਰਾਂ ਸਾਲ ਦੱਸਦੇ ਨੇ ਇਹਦੀ ਜ਼ਿੰਦਗੀ ਹੈ ਗੁਜਰਾਤ ਵਾਲੇ ਬਾਬਾ ਜੀ ਕਾਵਾਂ ਦੇ ਜਿਹੜੇ ਬਜ਼ੁਰਗ ਹੋਏ ਨੇ ਉਹ ਇਸੇ ਇਕੀਦਤ ਨਾਲ ਹੀ ਕਾਵਾਂ ਦੀ ਸੇਵਾ ਕਰਦੇ ਸਨ ਭਈ ਸ਼ੈਤ ਇਹਨਾਂ ਕਾਵਾਂ ਜੋ ਕਿਸੇ ਨਵੀ پاک ਦੇ ਦਰਸ਼ਨ ਕੀਤੇ ਹੋਣ ਤੇ ਮੈਂ ਵੀ ਉਹਦੇ ਦਰਸ਼ਨ ਕਰ ਲਾਂ ਤੇ ਮੈਂ ਬਖਸ਼ਿਆ ਜਾਵਾਂ 2 ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਵਾਸਤੇ ਇਸ ਕਬੀਲੇ ਨੂੰ ਆਪਣੇ ਵੜਕੇ ਦੇ ਨਾਂ ਤੋਂ ਹਾਨਤ ਨਹੀਂ ਸਮਝਣਾ ਚਾਹੀਦਾ ਮੱਲੀ ਦੀ ਨਸਲਾਂ ਹੋਰ ਢੇਰ ਕਬੀਲੇ ਹੋਏ ਨੇ ਔਰ ਇਹ ਬਹੁਤ ਵੱਡਾ ਜੱਗ ਜਾਣਿਆ ਪਰਿਵਾਰ ਹੈ ਤੇ ਮੱਲੀ ਦੇ ਪੋਤਰੇ ਕਾਂ ਦੀ ਨਸਲ ਵਿੱਚੋਂ ਕਾਵਾਂ ਕਾਂ ਕਾਂਗ ਤੇ ਕਾਂਗ ਕੰਗ ਇਹ ਸਾਰੇ ਸਦਾਂਦੇ ਨੇ ਇਹ ਜੱਟਾਂ ਦੀ ਸੂਰਜ ਵੰਸੀ ਨਸਲ ਹੈ ਔਰ ਇਹਨਾਂ ਦਾ ਮਤਲਬ ਇਹ ਕਿ ਬਹੁਤ ਜ਼ਿਆਦਾ ਠੱਟਾ ਸਜਾਵਲ ਬਦੀਨ ਵਿੱਚ ਕਾਂ ਕਬੀਲੇ ਜਿਹੜੇ ਨੇ ਕਾਂ ਨਾਇਚ ਉਸ ਦਾंदे ਨੇ ਇਹਨਾਂ ਦੀਆਂ ਕਈ ਵਸਤੀਆਂ ਨੇ ਫਿਰ ਇਹ ਮੁਜ਼ਫਰਗੜ ਵਿੱਚ ਦੋ ਪਿੰਡ ਨੇ ਕਾਂਵਾ ਨਾਇਚ ਮੁਜ਼ਫਰਗੜ ਦੀ ਸੈਂਟਰਲ ਜੇਲ੍ਹ ਵਿੱਚ ਇੱਕ ਬੰਦਾ ਸੀ ਨਾਇਚ ਕਾਂ ਨਾਇਚ ਸੀ ਉਹਨੇ ਜਨਾਬ ਤੱਕਾ ਮਾਰ ਕੇ ਤੱਕਾ ਮਾਰ ਕੇ ਜੇਲ੍ਹ ਦੀ ਕੰਦ ਦੇਖ ਦਿੱਤੀ ਔਰ ਬੜਾ ਮਸ਼ਹੂਰ ਸੀ ਬਲੋਚਿਸਤਾਨ ਦੇ ਸਿੱਭੀ ਇਲਾਕੇ ਵਿੱਚ ਕਾਂਗੀਆ ਇਹ ਸਦਾਂਦੇ ਨੇ ਤੇ ਅਮਰਕੋਟ ਵਿੱਚ ਕਿਲਾ ਕਾਵਾ ਜਿਹੜਾ ਮਸ਼ਹੂਰ ਕਿਲਾ ਹੈ ਤੋਂ ਇਹ ਸੀ ਪਿਆਰਿਓ ਜਾਣਕਾਰੀ ਕਾਵਾ ਕਬੀਲੇ ਬਾਰੇ ਜਿਹਨੂੰ ਕਾਂ ਵੀ ਆਖਦੇ ਨੇ ਕਾਂਗ ਵੀ ਆਖਦੇ ਨੇ ਤੇ ਕੰਗ ਵੀ ਆਖਦੇ ਨੇ ਇਹ ਮੱਲੀ ਦਾ ਪੋਤਰਾ ਸੀ ਜਿਹਦੀ ਇਹ ਕਾਂ ਜਿਹੜਾ ਔਰ ਉਹਦੀ ਇਹ ਅੱਗੋਂ ਸਾਰੇ ਔਲਾਦ ਨੇ ਤੁਹਾਡੇ ਨਾਲ ਮਿਲਾਂਗੇ ਫੇਰ ਕਿਸੇ ਅਗਲੇ ਵੀਡੀਓ ਨਾਲ ਉਸ ਵੇਲੇ ਤਾਈਂ ਇਹ ਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ